ਜਨਮ ਹੋਇਆ ਤੁਸੀਂ ਸ਼ਹਿਰ ਤੋਂ ਕਰਦੇ ਮਾਤਾ ਦੇ ਮੰਦਰ ਜਾਣਾ ਪਿਆ। ਉਹਦੀ ਜਿੰਨੀ ਵੀ ਪਰਵਰਿਸ਼ ਕੀਤੀ ਮਾਤਾ ਸ਼ਕਤੀ ਨੇ ਕੀਤੀ, ਮਾਂ ਕਾਲੀ ਨੇ, ਦੋ ਰੂਪ ਬਣੀ। ਅੱਜ ਸੰਸਾਰ ਦੇ ਵਿੱਚ ਮਾਵੇ ਦੇ ਘਰ ਘਰ ਦੇ ਵਿੱਚ ਮੰਡੀ ਘਰ ਘਰ ਦੇ ਵਿੱਚ ਬਿਰਾਜਮਾਨ ਨੇ। ਬੋਲੋ ਬਾਬਾ ਕਾਲੀ ਵੀਰਾ ਜਨਕਾਰਾ ਬਹੁਤ ਸੱਚੇ ਦਰਬਾਰ ਕੀ ਜੈ। ਜਿਹੜਾ ਪਰਿਵਾਰ ਇੱਥੇ ਕਥਾ ਸੁਣਦਾ ਇਹ ਜਿਹੜਾ ਜੋਤ ਜਗੀ ਹੈ ਨਾ, ਇੱਥੋਂ ਪ੍ਰਸਾਦ ਲਿਆਦੇ ਬਗੈਰ ਕੋਈ ਨੀ ਜਾ ਪਰਿਵਾਰ, ਠੀਕ ਹੈ। ਇੱਥੇ ਕੋਈ ਸੁਖਰ ਵੀ ਕਰ ਸਕਦਾ, ਇਹਦੀ ਸੁਖਨ ਵੀ ਪੂਰੀ ਇਸੇ ਵੇਲੇ ਰਾਜਮਾਨ ਦੇ ਲੋਕ ਬੜੀ ਬੜੀ ਜਗ੍ਹਾ ਕਥੇ ਹੋਈ, ਬੜਾ ਬੜਾ ਕੇ ਲੋਕ ਮੰਗਦੇ ਦਾਕਾ ਦਿੰਦੇ। ਇਹ ਗੁੜ ਦਾ ਪ੍ਰਸਾਦ ਜ਼ਰੂਰ ਕਰ ਲਿਆ, ਠੀਕ ਹੈ। ਨਿੱਕੇ ਤੋਂ ਲਈ ਵੱਡੇ ਪਰਿਵਾਰ ਤੱਕ ਨਹੀਂ ਪ੍ਰਸਾਦ ਦੇਣਾ। ਪਹਿਲਾਂ ਲੋਕ ਗੁੜ ਚਾਹਦੇ ਦੇਤੇ ਦਰਬਾਰ, ਨਸ਼ਾਵਾਂ ਲਈ ਜਾਂਦੇ, ਹੁਣ ਅੱਜ ਕੱਲ੍ਹ ਚੇਤੇ ਕੁੜੀਆਂ ਲੋਕ ਚੁੰਨੀ ਦੇ ਫੁਲਕੇ ਚੱਲਦੇ, ਅੱਜ ਕੱਲ੍ਹ ਤਵੇ ਉਲਕੇ ਚੱਲਦੇ ਨੇ, ਹੈ ਜੀ। ਹਾਈ ਗ੍ਰੇਡ ਦੁਨੀਆਂ ਕੀ ਹੋ, ਮਗਰ ਆਉਣੀ ਉੱਥੇ ਕਿ ਪੜਦੀ ਹੈ। ਬੋਲੇ
ਵਿੱਚ ਆਖੀ ਹੈ ਬਾਬਾ ਕਾਲੀ ਵੀਰ ਦੀ ਕਥਾ ਰਾਜੇ ਦੀ ਹੁਣ ਪੋਪਾ ਜੱਟੀ ਸੁਣਾਈ ਹੈ। ਉਹਦੇ ਵਿੱਚ ਬਾਅਦ ਚ ਤੁਸੀਂ ਮਾਤਾ ਜਵਾਲਾ ਦੇ ਚਾਰ ਭਜਨ ਆਉਣਗੇ, ਫਿਰ ਤੁਸੀਂ ਮਾਤਾ ਕਾਲਕਾ ਦੇ ਭਜਨ ਸੁਣਾਗੇ, ਉਹਦੇ ਬਾਅਦ ਚ ਭਜਨ ਜਿਹੜਾ ਗਾਣਾ ਸਾਰੇ ਜਿਵੇਂ ਹੱਥ ਬੰਨੀ ਹੈ ਮਾਤਾ ਦਾ ਰਹਿਣ ਦੀ, ਠੀਕ ਹੈ ਰਾਜੇ ਦਾ ਕਹਿ ਤੇ ਜਿਹੜਾ ਅਸੀਂ ਕਰਮ ਕੀਤਾ ਆਉਂਦੇ ਸਾਲਾਂ ਸਾਡੇ ਕੁੱਲ ਪਰਿਵਾਰ ਦੀ ਰੱਖਿਆ ਕਰਾ ਬਾਬਾ ਦੇਵ ਰਾਜਾ ਦੇਵ, ਅਸੀਂ ਜਿਹੜੇ ਤੁਹਾਡੇ ਚਰਨ ਚ ਪਹੁੰਚੇ। ਬੋਲੋ ਸੱਚੀਆਂ ਜੋਤਾਂ ਵਾਲੀ ਮਾਤਾ ਤੇਰੀ ਸਤਾਵ ਦੀ।
ਲਿਖਿਆ ਰੁਕਾ ਰਾਮ ਲਿਖਣ ਕਿੰਨੇ ਕਿੰਨੇ ਪੇਦਾ।